ਹਾਂਜੀ ਕਿਸਾਨ ਵੀਰੋ, ਪੰਜਾਬ ਸਰਕਾਰ ਭਾਰਤ ਸਰਕਾਰ ਵੱਲੋਂ ਇਸ ਸਮੇਂ ਕੰਬਾਈਨਾਂ 'ਤੇ ਪਰਾਲੀ ਕੁੱਤਣ ਵਾਲਾ ਲੱਗਣ ਵਾਲਾ ਪੁਰਜਾ ਜਿਹਨੂੰ ਅਸੀਂ ਸੁਪਰ SMS ਕਹਿੰਦੇ ਹਾਂ, ਉਸ 'ਤੇ ਸਬਸਿਡੀ ਚੱਲ ਰਹੀ ਹੈ। ਆਪ ਸਾਰੇ ਕੰਬਾਈਨ ਮਾਲਕਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਹੀ ਇਸ ਸਬਸਿਡੀ ਦਾ ਲਾਹਾ ਲੈ ਕੇ ਜਿੰਨੀਆਂ ਕੋਈ ਕੰਬਾਈਨਾਂ ਹੈਗੀਆਂ ਆ ਉਹਨਾਂ ਦੇ ਫਾਰਮ ਭਰ ਕੇ ਅਤੇ ਸਬਸਿਡੀ ਲੈਣ। ਸੁਪਰ SMS ਇੱਕ ਛੋਟਾ ਜਿਹਾ ਅਤੇ ਬਹੁਤ ਹੀ ਵਧੀਆ ਪੁਰਜਾ ਹੈ, ਜਿਸ ਨਾਲ ਤੁਹਾਡੀ ਜਿਹੜੀ ਆਪਣੀ ਪਰਾਲ ਖੇਤ ਵਿੱਚ ਡਿੱਗਦਾ ਪਿਆ ਸੀਗਾ, ਢੇਰ ਲੱਗਦੇ ਸੀਗੇ, ਉਹ ਢੇਰ ਨਹੀਂ ਲੱਗਣਗੇ। ਉਹ ਸਾਰੀ ਦੀ ਸਾਰੀ ਪਰਾਲੀ ਟੁਕੜੇ ਟੁਕੜੇ ਕਰਕੇ ਇਹ ਪੁਰਜਾ ਤੁਹਾਡੇ ਖੇਤ ਦੇ ਵਿੱਚ, ਜੇ ਮੰਨ ਲਓ 14 ਫੁੱਟ ਦਾ ਕਟਰ ਹੋਇਆ, 14 ਫੁੱਟ ਦੇ ਵਿੱਚ ਹੀ ਖਿਲਾਰ ਦੂਗਾ। ਉਹਦਾ ਫਾਇਦਾ ਸਿਰਫ ਇੰਨਾ ਹੀ ਹੁੰਦਾ ਆ ਕਿ ਜਿਹੜੀ ਅਗਲੀ ਫਸਲ ਹੈਗੀ ਆ, ਅਗਲੀ ਫਸਲ ਲਈ ਕੰਮ ਕਰਨਾ, ਸਾਡੀ ਮਸ਼ੀਨੀਕਰਨ ਸੌਖਾ ਹੋ ਜਾਂਦਾ ਆ। ਕਿਸਾਨ ਵੀਰੋ, ਇਸ ਲਈ ਜੇ ਤੁਸੀਂ ਕਿਸਾਨ ਵੀਰੋ, ਜੇ ਕੋਈ ਇਹ ਕਹਿੰਦਾ ਕਿ ਇਹ ਦਾਣੇ ਮਾਰੂਗੀ, ਇਹ ਜੀ ਕੋਈ ਗੱਲ ਨਹੀਂ ਹੈਗੀ ਆ, ਕਿਉਂਕਿ ਇਹ ਜਿਹੜਾ ਪੁਰਜਾ ਹੈ ਪੂਛ 'ਤੇ ਲੱਗਾ ਹੁੰਦਾ ਆ, ਜਿੱਥੇ ਪਰਾਲ ਡਿੱਗਦਾ ਹੈ, ਦਾਣੇ ਮਾਰਨ ਵਾਲੀ ਕੋਈ ਵੀ ਕੰਪਲੇਂਟ ਨਹੀਂ ਹੈਗੀ ਆ। ਸਿਰਫ ਤੋਂ ਸਿਰਫ ਇੰਨਾ ਹੀ ਹੈਗਾ ਆ ਕਿ ਜਿਹੜੀ ਕੰਬਾਈਨ ਸੀਗੀ ਥੋੜ੍ਹੀ ਜਿਹੀ ਸਪੀਡ ਘੱਟ ਜਾਂਦੀ ਹੈ, ਫਿਰ ਵੀ ਪਰਾਲੀ ਜਿੰਨੇ ਖੇਤ ਭਾਰੇ ਤੋਂ ਭਾਰੇ ਖੇਤ ਵਿੱਚ ਵੀ ਅੱਧੇ ਘੰਟੇ ਦੇ ਵਿੱਚ ਸਕੀਲਾ ਇੱਕ ਆਰਾਮ ਨਾਲ ਹੋ ਜਾਂਦਾ ਹੈ। ਧੰਨਵਾਦ ਕਿਸਾਨ ਵੀਰੋ।